ਬਾਈ ਜੀ 10 ਸਾਲ ਹੋ ਗਏ, ਸਰਪੰਚੀ ਤੁਹਾਡੇ ਨਾਮ ਹੀ ਰਹੀ ਹੈ, ਕਿਸੇ ਨੇ ਚੂੰ ਤੱਕ ਨਹੀਂ ਕੀਤੀ, ਤੇ ਉਹ ਜੱਗਾ ਕੱਲ ਦਾ ਉੱਠਿਆ ਮੋਦਵਾਰੀ ਖੱਟਣ ਨੂੰ ਫਿਰਦਾ। ਹੋਰ ਕੀ ਬਾਈ ਜੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਲੇ ਦੀ ਚੁਰਤ ਕਿੱਦਾਂ ਹੋਈ ਵੋਟਾਂ 'ਚ ਖੜੇ ਹੋਣ ਦੀ। ਜੁਰਤ ਤਾਂ ਹੁਣ ਦਿਖਾਉਣੀ ਪੈਣੀ ਆ ਬਾਈ ਜੀ। ਮੈਂ ਤਾਂ ਕਹਿਣਾ ਸਾਲੇ ਨੂੰ ਪੁੱਠੇ ਡੰਗ ਦੀਏ ਤਾਂ ਕਿ ਸਰਪੰਚੀ ਆਪਣੇ ਹੱਥ 'ਚ ਹੀ ਰਹੇ। ਤੇ ਬਾਈ ਜੀ, ਸ਼ੁਭ ਕੰਮ 'ਚ ਦੇਰੀ ਕਾਹਦੀ। ਬਿੱਲਿਆ,